ਐਚ ਓ ਜਿਹੜੇ ਬਰਡ ਆਉਣਗੇ ਤੁਹਾਡੇ ਕੋਲ, ਪਾਰ ਬਲੂ ਓਪਲੈਨ, ਪਾਰ ਬਲੂ ਯੂਵਿੰਗ ਓਪਲੈਨ, ਗ੍ਰੀਨ ਓਪਲੈਨ, ਗ੍ਰੀਨ ਯੂਵਿੰਗ ਓਪਲੈਨ, ਬਲੂ ਓਪਲੈਨ ਅਤੇ ਬਲੂ ਯੂਵਿੰਗ ਓਪਲੈਨ, 6 ਬਰਡ ਆਉਣਗੇ ਅਤੇ ਕੁਆਲਿਟੀ ਬਰਡ ਆਉਣਗੇ, ਓਪਲੈਨ ਤੋਂ ਇਲਾਵਾ ਬਰਡ ਨਹੀਂ ਆਏਗਾ। ਜ਼ਬਰਦਸਤ, ਤੁਸੀਂ ਹੁਣ ਸਾਰੇ ਸੁਣਨਾ ਚਾਹੁੰਦੇ ਹੋ ਕਿ ਮੈਂ ਕਿਹੜੀ ਫਿਲਮ 'ਚ ਹੀਰੋ ਆਇਆ ਸਾਂ। ਵੱਡਾ ਬਰੀਡਰ ਜਿਹੜਾ ਹੈਗਾ ਨਾ, ਖਾਲੀ ਜਿਹੜਾ ਬਲੂ ਡਿਲਿਊਡ ਓਪਲੈਨ ਹੈ ਨਾ, 15 ਤੋਂ 20 ਹਜ਼ਾਰ ਰੁਪਏ ਦਾ ਪੀਸ ਸੇਲ ਕਰਦਾ। ਸਹੀ ਹੋ ਗਿਆ। ਹਾਂਜੀ, ਇਹ ਤੁਹਾਨੂੰ ਮਾਰਕੀਟ 'ਚੋਂ ਤਾਂ ਬਰਡ ਲੱਭੇਗਾ ਨਹੀਂ, ਕਿਉਂਕਿ ਡਿਲਿਊਡ ਮਾਰਕੀਟ ਤਾਂ ਬਰਡ ਹੀ ਨਹੀਂ ਹੈਗਾ, ਇਹ ਵੱਡੇ ਸ਼ੈੱਡ 'ਚੋਂ ਹੀ ਲੱਭੇਗਾ ਤੁਹਾਨੂੰ। ਅਤੇ ਜਿਹੜੇ ਬੱਚੇ ਆਉਣਗੇ, ਕ੍ਰੀਮਨੋ ਆਉਣਗੇ, ਡੈਕਿਨੋ ਆਉਣਗੇ, ਅਤੇ ਜਿਹੜਾ ਆਏਗਾ ਅਲਬਾਨੋ ਰੈੱਡ ਆਈ ਜਾਂ ਅਲਬਾਨੋ ਬਲੈਕ ਆਈਜ਼, ਉਹ ਪੋਸੀਬਲ। ਮਾਸ਼ਾਅੱਲਾ, ਛੀਆਂ ਤੇ ਮਿਆਰੀ ਵੀਡੀਓ। ਇਹ ਜੀ ਰਾਣ ਸਾਹਿਬ, ਉਹ ਬਰਡ ਹੈਗਾ ਜਿਹੜਾ ਤਕਰੀਬਨ 70-80% ਕਲਿੱਕ ਕਰਦਾ ਹੀ ਕਰਦਾ। ਬਿਲੋ ਫਿਸ਼ਰੀ 'ਚੋਂ ਮਾਸ਼ਾਅੱਲਾ ਮੈਂ ਵੀ ਪੇਅਰ ਲਾਏ ਨੇ, 4 ਪੇਅਰਾਂ 3 ਨੇ ਕਲਿੱਕ ਕੀਤਾ। ਦੇਖਣ ਵਾਸਤੇ ਸਾਡੇ ਚੈਨਲ ਨੂੰ ਲਾਈਕ ਕਰ ਲਓ, ਸਬਸਕ੍ਰਾਈਬ ਕਰ ਲਓ, ਅਤੇ ਚੱਲਨੇ ਦੀ ਵੀਡੀਓ ਦੀ ਤਰਫ। ਤੁਸੀਂ ਦੱਸ ਦਿਓ, ਮੈਨੂੰ ਵੀ ਨਹੀਂ ਪਤਾ ਕਿਹੜੀ ਫਿਲਮ 'ਚ ਆਏ ਹੋ ਹੀਰੋ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਦੋਸਤੋ, ਆਪਕਾ ਹੋਸਟ, ਆਪਕਾ ਦੋਸਤ ਰਣਜਮੀਲ ਆਪਕੀ ਖਿਦਮਤ ਮੇਂ ਹਾਜ਼ਰ ਹੈ। ਨਾਜ਼ਰ, ਮਾਸ਼ਾਅੱਲਾ ਇੱਕ ਬੜੀ ਡੀਲ ਲੈ ਕੇ ਆਪਕੇ ਪਾਸ ਆ ਗਿਆ ਜੀ। ਨਾਜ਼ਰ, ਮੇਰੇ ਨਾਲ ਦੇਖਣਾ ਜ਼ਰਾ ਹੀਰੋ ਲੱਗ ਰਿਹਾ। ਨਾਜ਼ਰ, ਬੜੀਆਂ ਬੜੀਆਂ ਫਿਲਮਾਂ ਦੀ ਮੈਨੂੰ ਔਫਰ ਹੋ ਰਹੀ ਹੈ, ਅਤੇ ਇੱਕ ਫਿਲਮ ਦੇ ਵਿੱਚ ਮੈਂ ਹੀਰੋ ਵੀ ਆਇਆ ਵਾਂ, ਅਤੇ ਮੈਂ ਤੁਹਾਨੂੰ ਫਿਲਮ ਦੱਸਣਾ। ਵੀਡੀਓ ਨੂੰ ਦੇਖਣਾ ਕਿ ਜਿਸ ਫਿਲਮ ਦੇ ਵਿੱਚ ਮੈਂ ਐਜ਼ ਆ ਹੀਰੋ ਦਾ ਕਿਰਦਾਰ ਅਦਾ ਕੀਤਾ, ਤੁਹਾਨੂੰ ਉਹ ਫਿਲਮ ਦਾ ਵੀ ਦੱਸਾਂਗਾ। ਵੀਡੀਓ ਨੂੰ ਐਂਡ ਤੱਕ ਦੇਖਣਾ ਅਤੇ ਉਹ ਫਿਲਮ ਜਿਹੜੀ ਨਾ, ਤੁਹਾਨੂੰ ਮੈਂ ਲਾਜ਼ਮੀ ਦੱਸਾਂਗਾ ਜੀ। ਅਤੇ ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਭਾਈ ਕੀ ਹਾਲ ਹੈ? ਸ਼ੁਕਰੀਆ ਅੱਲਾਹ ਦਾ, ਤੁਸੀਂ ਸੁਣਾਓ? ਠੀਕ ਠਾਕ। ਸ਼ੁਕਰੀਆ ਅੱਲਾਹ ਦਾ। ਮੇਰੀ ਫਿਲਮ ਵੇਖੀ ਜੀ? ਹਾਂਜੀ। ਅਸੀਂ ਆਪਣੇ ਵਿਊਅਰ ਨੂੰ ਦੱਸਣਾ ਹੈ। ਹਾਂਜੀ ਹਾਂਜੀ, ਚੀਜ਼ਾਂ ਨੇ ਇਹ ਜੀ, ਸਾਡੇ ਕੋਲ ਸਪਲਿਟ ਪੇਲ ਫੈਲੋ ਵੀ ਨੇ, ਉਸ ਤੋਂ ਬਾਅਦ ਡਿਲਿਊਡ ਦੇ ਵੀ ਬੜੇ ਖੂਬਸੂਰਤ ਪੀਸ ਨੇ, ਕ੍ਰੀਮਨੋ ਡੈਕਿਨੋ ਵੀ ਹੈਗਾ, ਪੋਸੀਬਲ ਪੇਲ ਫੈਲੋ ਵੀ ਹੈਗਾ, ਯਾਨੀ ਕਿ ਟੋਟਲ ਜਿਹੜੀ ਇਸ ਟਾਈਮ 4 ਦਿਨ ਵਰਾਇਟੀ ਸਾਰੀ ਸਾਡੇ ਕੋਲ ਹੈਗੀ ਹੈ ਇਸ ਟਾਈਮ, ਅਤੇ ਬੜੇ ਹੀ ਰੀਜ਼ਨੇਬਲ ਪ੍ਰਾਈਸ ਦੇ ਨਾਲ ਹੈਗੀ ਹੈ। ਮਾਸ਼ਾਅੱਲਾ ਜੀ, ਰੇਟ ਸਸਤੇ ਵਾਲੇ, ਇੱਧਰ ਆਈਓ ਅਤੇ ਇੱਧਰ ਆਈਓ, ਅਸੀਂ ਚੱਲੇ ਹਾਂ ਜੀ ਮਾਸ਼ਾਅੱਲਾ ਉਮਰ ਭਾਈ ਕੋ, ਅਤੇ ਆਪਣੀ ਜਿਹੜੀ ਡੀਲ ਨੰਬਰ 1 ਹੈਗੀ, ਅਸੀਂ ਉਹ ਦਿਖਾਉਂਦੇ ਹਾਂ ਕਿ ਅਸੀਂ ਤੁਹਾਡੇ ਲਈ ਅੱਜ 2 ਡੀਲਾਂ ਹੁੰਦੀਆਂ ਹਰ ਦਫ਼ਾ ਉਮਰ ਭਾਈ ਕੋ, ਅਤੇ ਮਾਸ਼ਾਅੱਲਾ ਬਰਡਜ਼ ਤੁਹਾਨੂੰ ਹੈਲਥੀ, ਐਕਟਿਵ ਅਤੇ ਜ਼ਬਰਦਸਤ ਜਾ ਰਿਹਾ। ਅਤੇ ਨਾਜ਼ਰ, ਮੈਂ ਆਪਣੇ ਤਮਾਮ ਦੋਸਤਾਂ ਨੂੰ ਕਹਿੰਦਾ ਕਿ ਜਿਹੜੇ ਇਸ ਟਾਈਮ ਫਾਇਦਾ ਚੁੱਕਣਾ ਚਾਹੁੰਦੇ ਪਏ ਨੇ ਬਰਡ ਜਿੰਨਾ ਸਸਤਾ ਹੈਗਾ, ਅਤੇ ਯਾਰ ਫਾਇਦਾ ਚੁੱਕ ਲਵੋ, ਚੁੱਕ ਲਵੋ। ਅਤੇ ਮੇਰੇ ਦੋਸਤੋ, ਇਹ ਮੌਕਾ ਦੁਬਾਰਾ ਨਹੀਂ ਆਉਣਾ, ਅਤੇ ਬਿਸਮਿਲ੍ਲਾ ਕਰਨੇ ਆ ਜੀ ਉਮਰ ਭਾਈ। ਹਾਂਜੀ, ਇਹ ਸਭ ਤੋਂ ਪਹਿਲੇ ਆਪਣੇ ਕੋਲ ਆ ਗਈ ਹੈ, ਬੜੀ ਹੀ ਖੂਬਸੂਰਤ ਅਤੇ ਜ਼ਬਰਦਸਤ ਚੱਲਣ ਵਾਲੀ ਡੀਲ ਹੈ ਇਸ ਟਾਈਮ। ਸਪਲਿਟ ਪੇਲ ਫੈਲੋ ਦੇ 4 ਬਰਡ ਨੇ, ਅਤੇ 4 ਕੁਆਲਿਟੀ ਬਰਡ ਹੈਗੇ ਨੇ ਇਹਦੇ 'ਚ, ਹੈਗਾ ਗ੍ਰੀਨ ਯੂਵਿੰਗ ਓਪਲੈਨ, ਇੱਕ ਹੈਗਾ ਬਲੂ ਫਿਸ਼ਰੀ, ਉਸ ਤੋਂ ਬਾਅਦ ਇੱਕ ਹੈਗਾ ਪਾਰ ਬਲੂ, ਇੱਕ ਹੈਗਾ ਗ੍ਰੀਨ ਫਿਸ਼ਰ ਸਪਲਿਟ B1 B2। ਇਹਦੇ 'ਚ ਕਨਫਰਮ 2 ਮੇਲ ਨੇ, 2 ਫੀਮੇਲ ਹੈਗੀ ਨੇ, ਵੱਡੇ ਪੀਸ ਨੇ, ਅਤੇ ਇੱਕ ਪੇਅਰ ਤਾਂ ਬਿਲਕੁਲ ਬਾਊਂਡ ਹੋਇਆ, ਯਾਨੀ ਕਿ ਬੋਕਸ ਲਾਉਣ ਦੀ ਦੇਰ ਅਤੇ ਬਰੀਡ ਵਾਲਾ ਪੇਅਰ ਹੈਗਾ। ਜ਼ਬਰਦਸਤ। ਹਾਂਜੀ, ਇਹ ਤਕਰੀਬਨ ਨਾ ਕਮ ਅਜ਼ ਕਮ 1 ਲੱਖ ਰੁਪਏ ਦੇ ਬਰਡ ਹੈਗੇ ਨੇ, ਜਿਹੜੇ ਸਿਰਫ 30 ਹਜ਼ਾਰ ਰੁਪਏ ਮਿਲਣਗੇ 4 ਬਰਡ। ਜ਼ਬਰਦਸਤ ਹੋ ਗਿਆ। ਸਪਲਿਟ ਪੇਲ ਫੈਲੋ, 100% ਸਪਲਿਟ ਪੇਲ ਫੈਲੋ ਨੇ, ਅਤੇ ਜੰਬੋ ਸਿਆਸ ਬਰਡ ਹੈ, ਕੁਆਲਿਟੀ ਵੇਖ ਸਕਦੇ ਹੋ ਤੁਸੀਂ। ਜ਼ਬਰਦਸਤ ਹੋ ਗਿਆ ਜੀ ਮਾਸ਼ਾਅੱਲਾ ਜੀ। ਅਤੇ ਇੱਕ ਡੀਲ ਸਾਡੇ ਕੋਲ ਹੋਰ ਮੌਜੂਦ ਹੈ ਆਪਣੇ ਪਿਆਵਰ ਪਿਆਰੇ ਵਿਊਵਰ ਲਈ, ਅਤੇ ਡੀਲ ਉਮਰ ਭਾਈ ਸਭ ਨਾਲੋਂ ਪਹਿਲੇ ਇਹਦਾ ਗਾਹਕ ਆਉਂਦਾ ਜੀ। ਹਾਂਜੀ, ਇਹ ਜੀ ਇੱਕ ਹੈਗਾ ਸਾਡਾ ਪਾਰਬਲੂ ਦਾ ਜੋੜਾ ਜਿਹੜਾ ਬਾਊਂਡ ਹੈਗਾ, ਉਸ ਤੋਂ ਬਾਅਦ ਲਟੀਨੋ, ਅਤੇ ਨਾਲ ਹੈਗਾ ਬਲੂ ਓਪਲਾਈਨ, ਇਹ ਵੀ ਜਿਹੜਾ ਜੋੜਾ ਬਾਊਂਡ ਹੈਗਾ। 4 ਵੱਡੇ ਬਰਡ ਨੇ, ਲੇਕਿਨ ਥੋੜ੍ਹੇ ਥੋੜ੍ਹੇ ਡਿਫੈਕਟਿਡ ਨੇ, ਇਹ ਜਿਹੜੇ ਹੈਗੇ ਨੇ ਥੋੜ੍ਹਾ ਜਿਹਾ, ਇੱਕ ਦਾ 5 ਢਿੱਡ ਹੈ, ਇੱਕ ਦੀ ਫਲੈਂਗ ਘੱਟ ਹੈ, ਇਹੀ ਹਿਸਾਬ ਹੈਗਾ, ਯਾਨੀ ਕਿ ਇਹ ਬਰੀਡ 'ਚ 100% ਨੇ, ਇਹ ਜਿਹੜਾ ਪਾਰ ਬਲੂ ਹੈ ਨਾ, ਇਹ ਬਰੀਡ ਕਰ ਵੀ ਚੁੱਕਿਆ ਆ। ਹਾਂਜੀ, ਇਹ 4 ਬਰਡ ਨੇ, ਇਹ ਤੁਹਾਨੂੰ 10 ਹਜ਼ਾਰ ਰੁਪਏ ਮਿਲਣਗੇ, ਅਤੇ 4 ਕੁਆਲਿਟੀ ਬਰਡ ਨੇ। ਕੁਆਲਿਟੀ ਬਰਡ ਨਾਜ਼ਰੀਨ, ਜ਼ਬਰਦਸਤ ਹੋ ਗਿਆ ਜੀ, ਕਿਆ ਬਾਤ ਹੈ। ਇਹਦੇ ਜਿਹੜਾ ਪਾਰ ਬਲੂ ਹੈਗਾ ਨਾ, ਸਪਲਿਟੀਨੋ ਹੈ ਸਾਡੇ ਘਰ ਦੇ ਹੀ ਨੇ, ਇਹ ਕ੍ਰੀਮਨੋ ਡੈਕਿਨੋ ਵੀ ਕੱਢਣਗੇ। ਹਾਂਜੀ, 4 ਬਰਡ 10 ਹਜ਼ਾਰ ਰੁਪਏ ਮਿਲਣਗੇ, ਅਤੇ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਉਹਦੀ।
ਜ਼ਬਰਦਸਤ ਹੋ ਗਿਆ ਮਾਸ਼ਾਅੱਲਾ ਮਾਸ਼ਾਅੱਲਾ ਜੀ। ਅਤੇ ਨਜ਼ਰ ਬੋਕਸ ਨੰਬਰ ਆਉਣ ਲੱਗਾ ਜੇ 1 ਵੀਡੀਓ ਦੇ ਨਾਲ ਰਹਿਣਾ ਜੇ ਮੈਂ ਹੀਰੋ ਆਇਆ ਵਾਂ ਅਤੇ ਉਹ ਫਿਲਮ ਤੁਹਾਨੂੰ ਐਂਡ ਤੋਂ ਜ਼ਰੂਰ ਦੱਸਾਂਗੇ। ਹੈ ਜੀ ਰਾਣ ਸਾਹਿਬ, ਇੱਕ ਨੰਬਰ ਬੋਕਸ ਆ ਗਿਆ 5000 ਰੁਪਏ ਦਾ। ਇਹਦੇ ਸਾਡੇ ਕੋਲ ਹੈਗਾ ਬਿਲੋ ਫਿਸ਼ਰੀ ਅਤੇ ਗ੍ਰੀਨ ਫਿਸ਼ਰ, ਦੋਨੋਂ ਜੰਬੋ ਸਾਈਜ਼ 'ਚ ਪੇਰ ਨੇ, ਵੱਡੇ ਪੇਰ ਨੇ, 11-11 12-12 ਮਹੀਨੇ ਦੇ, ਅਤੇ ਅਸੀਂ 5000 ਰੁਪਏ ਦੇ ਮਿਲਣਗੇ। 5000 ਰੁਪਏ ਦੇ ਮਿਲਣਗੇ, ਹਾਂਜੀ, ਦੋ ਪੇਰ 5000 ਰੁਪਏ ਦੇ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਬਹੁਤ ਜ਼ਬਰਦਸਤ ਜੀ। ਅਤੇ ਨਜ਼ਰ ਬੋਕਸ ਨੰਬਰ ਆ ਰਿਹਾ ਜੇ 2। ਇਹ ਜੀ ਹੋਟ ਆਈਟਮ ਆ ਗਈ ਆਪਣੀ ਕ੍ਰੀਮਨੋ ਡੈਕੀਨੋ। ਇਹਦੇ 'ਚੋਂ ਜਿਹੜੇ ਬੱਚੇ ਆਉਣਗੇ ਕ੍ਰੀਮਨੋ ਆਉਣਗੇ, ਡੈਕੀਨੋ ਆਉਣਗੇ, ਅਤੇ ਜਿਹੜਾ ਆਏਗਾ ਅਲਬਾਨੋ ਰੈੱਡ ਆਈ ਜਾਂ ਅਲਬਾਨੋ ਬਲੈਕ ਆਈਜ਼, ਉਹ ਪੋਸੀਬਲ ਬਿਲੋ 2 'ਚ ਆਏਗਾ। ਇਹ 2 ਨੰਬਰ ਬੋਕਸ ਹੈ ਅਤੇ ਤੁਹਾਨੂੰ 20000 ਰੁਪਇਆ ਮਿਲੇਗਾ। ਅਤੇ ਏਜ ਇਹਨਾਂ ਦੀ ਹੈਗੀ ਤਕਰੀਬਨ 6.5-7 ਮਹੀਨੇ, ਮੋਲਡਿੰਗ 'ਤੇ ਆਏ ਹੋਏ ਨੇ ਬਰਡ, ਜ਼ਬਰਦਸਤ ਹੋ ਗਿਆ ਜੀ। ਤੁਹਾਨੂੰ ਪਤਾ 6 ਮਹੀਨੇ ਤੋਂ ਬਾਅਦ ਬਰਡ ਜਿਹੜਾ ਮੋਲਡਿੰਗ 'ਤੇ ਜਾਂਦਾ। ਜ਼ਰਾ ਮੇਰੇ ਵੀਵਰ ਨੂੰ ਮੋਲਡਿੰਗ ਕੁਛ ਨੂੰ ਨਹੀਂ ਪਤਾ, ਜ਼ਰਾ ਸਮਝਾ ਦਿਓ। ਇਹ ਮੋਲਡਿੰਗ ਥੋੜ੍ਹੇ ਜਿਹੇ ਪਰ ਝਾੜਦੇ ਨੇ, ਨਵੇਂ ਕੱਢਦੇ ਨੇ ਆਪਣੇ ਖੂਬਸੂਰਤ ਜਿਹੇ ਪਰ, ਯਾਨੀ ਕਿ ਫੁੱਲ ਭਰ ਲੈਂਦੇ ਨੇ ਪਰ ਇੱਕ ਦਫਾ ਨਾ। ਪਹਿਲੇ ਜਿਹੜਾ ਬੱਚੇ ਹੁੰਦੇ ਛੋਟੇ ਪਰ ਹੁੰਦੇ ਨੇ, ਫਿਰ ਵੱਡੇ ਪਰ ਇਹਨਾਂ ਦੇ ਆਉਂਦੇ ਨੇ। ਨਜ਼ਰ ਕਹਿਣ ਦਾ ਮਤਲਬ ਹੈਗਾ ਕਿ ਜਦੋਂ ਆਪਣਾ ਸਰਕਲ ਇਹਨਾਂ ਦਾ ਜਿਉਂ ਜਿਉਂ ਉਮਰ ਵੱਧਦੀ ਹੈ, ਆਪਣਾ ਮੋਲਡ ਕਲੀਅਰ ਕਰਦੇ ਨੇ ਕਿ ਆਪਣੇ ਪੁਰਾਣੇ ਪਰ ਉਤਾਰਦੇ ਨੇ। ਜਿਹੜੇ ਮੇਰੇ ਦੋਸਤਾਂ ਨੂੰ ਪਤਾ, ਉਹਨੂੰ ਮੈਂ ਨਿਊ ਫੈਂਸੀਅਰ ਨੂੰ ਦੱਸਣਾ ਚਾਹ ਰਿਹਾ, ਅਤੇ ਉਹ ਜਦੋਂ ਆਪਣਾ ਮੋਲਡ ਕਲੀਅਰ ਕਰਦੇ ਨੇ ਅਤੇ ਹੋਰ ਖੂਬਸੂਰਤ ਹੋ ਗਏ, ਯਾਨੀ ਕਿ ਏਜ ਵਾਈਜ਼ ਵੱਡੇ ਹੋ ਗਏ ਨੇ ਅਸਲ 'ਚ, ਆਪਣਾ ਨਿਖਾਰ ਘੱਟਦੇ ਨੇ, ਜਵਾਨੀ ਘੱਟਦੇ ਨੇ ਆਪਣੇ। ਬਿਲਕੁਲ ਹੋ ਗਿਆ ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਅੱਛਾ ਜੀ। ਅਤੇ ਬੋਕਸ ਨੰਬਰ ਆ ਰਿਹਾ ਜੇ 3। 3 ਆ ਗਿਆ ਜੀ ਆਪਣੇ ਕੋਲ, ਹੈਗਾ 3 ਨੰਬਰ ਬੋਕਸ ਹੈ, 4000 ਰੁਪਏ ਦਾ, ਬਲੂ ਪੈਸਟਲੀਨੋ, ਜ਼ਬਰਦਸਤ। ਬਲੂ ਪੈਸਟਲੀਨੋ ਹੈਗਾ, ਬੜੇ ਹੀ ਖੂਬਸੂਰਤ ਮਾਸਕਿੰਗ 'ਚ ਹੈਗਾ। 4000 ਰੁਪਇਆ ਮਿਲੇਗਾ, ਅਤੇ ਇਹ 'ਚੋਂ ਅਲਬਾਨੋ ਰੈੱਡ ਆਈਜ਼ ਅਤੇ ਅਲਬਾਨੋ ਬਲੈਕ ਆਈਜ਼, ਬਲੂ ਪੈਸਟਲ ਵਗੈਰਾ, 3 ਕਿਸਮ ਦੇ ਬੱਚੇ ਆਉਣਗੇ ਇਹਦੇ 'ਚੋਂ। ਮਾਸ਼ਾਅੱਲਾ, ਇਹਦੀ ਰੇਸ਼ੋ ਜ਼ਿਆਦਾ ਅਲਬਾਨੋ ਰੈੱਡ ਆਈਜ਼ ਕੱਢਣ ਦੀ। ਕਿਆ ਬਾਤ, ਹਾਂਜੀ, ਜ਼ਬਰਦਸਤ ਹੋ ਗਿਆ ਨਾਜ਼ਰ ਮਾਸ਼ਾਅੱਲਾ ਮਾਸ਼ਾਅੱਲਾ। ਅਤੇ ਬੋਕਸ ਨੰਬਰ 4 ਹੋ ਜਾਓ ਹੁਸ਼ਿਆਰ। ਇਹ ਜੀ ਆਪਣੇ ਕੋਲ ਆ ਗਿਆ ਗ੍ਰੀਨ ਯੂਵਿੰਗੋ ਪਲੈਨ ਅਤੇ ਡੀਡੀ ਬਲੂ। ਡੀਡੀ ਬਲੂ ਜਿਹੜਾ ਹੈਗਾ ਉਹ ਪੇਲ ਬਰਡ ਹੈਗਾ, ਪੇਲ ਬੜੀ ਵੱਡੀ ਮੋਟੇਸ਼ਨ ਹੈਗੀ ਹੈ, ਲੇਕਿਨ ਦੇਵਾਂਗੇ ਤੁਹਾਨੂੰ ਸਿੰਪਲ ਦੇ ਰੇਟ 'ਤੇ। 4 ਨੰਬਰ ਬੋਕਸ ਹੈ, 7000 ਰੁਪਇਆ ਪੇਲ ਮਿਲੇਗਾ, 7000 ਰੁਪਏ ਦਾ ਪੇਲ ਮਿਲੇਗਾ। ਅਤੇ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਜੀ, ਮਾਸ਼ਾਅੱਲਾ ਜੀ ਜ਼ਬਰਦਸਤ ਹੋ ਗਿਆ ਜੀ। ਪੇਲ ਹੈਗਾ ਸਮਝੋ ਕਿ ਰੈਡੀ ਟੂ ਬਰੀਡ ਹੈ, ਲੇਕਿਨ ਅਜੇ ਗਰਮੀ ਜ਼ਿਆਦਾ, ਤੁਸੀਂ ਬੋਕਸ ਨਹੀਂ ਲਾ ਸਕਦੇ ਇਸ ਟਾਈਮ। ਜੇ ਕੂਲਰ ਲੱਗਾ ਜਾਂ ਏਸੀ ਵਗੈਰਾ ਲੱਗਾ ਫਿਰ ਬਰੀਡ ਹੈ ਕਰਨਗੇ, ਲੇਕਿਨ ਤੁਸੀਂ ਇਹਨਾਂ ਨੂੰ ਬੋਕਸ ਲਾਣੇ। ਜੇ ਕੂਲਰ ਏਸੀ ਨਹੀਂ ਹੈਗਾ ਤਾਂ ਫਿਰ ਅਗਸਤ 'ਚ ਜਾ ਕੇ ਐਂਡ 'ਚ ਬੋਕਸ ਲਾਣੇ ਤੁਸੀਂ, ਬਰਡ ਐਡਜਸਟ ਹੋਈਏ ਅਗਸਤ ਦੇ ਵਿੱਚ, ਅਤੇ ਸਤੰਬਰ ਸ਼ੁਰੂ ਹੁੰਦੇ ਨਾਲ ਹੀ ਬਰੀਡ ਸ਼ੁਰੂ ਕਰਦੇ। ਜ਼ਬਰਦਸਤ ਹੋ ਗਿਆ ਜੀ, ਜ਼ਬਰਦਸਤ ਹੋ ਗਿਆ ਜੀ ਮਾਸ਼ਾਅੱਲਾ ਜੀ। ਅਤੇ ਬੋਕਸ ਨੰਬਰ ਆ ਰਿਹਾ ਜੀ 5, ਕਮਾਲ ਹੈ ਜੀ, ਸੋਹਣੀਆਂ ਸੋਹਣੀਆਂ ਚੀਜ਼ਾਂ ਸਾਡੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਉਮਰ ਬਾਈ ਕੋ ਮਾਸ਼ਾਅੱਲਾ ਆਏ ਹੈ ਜੀ। ਰਾਣ ਸਾਹਿਬ, ਇਹ ਉਹ ਬਰਡ ਹੈਗਾ ਜਿਹੜਾ ਘੱਟ ਹੀ ਲੋਕਾਂ ਨੇ ਦੇਖਿਆ ਹੋਣਾ। ਰਾਣ ਸਾਹਿਬ, ਪੈਲਟ ਬਰਡ ਹੈਗਾ, ਬੜਾ ਹੀ ਖੂਬਸੂਰਤ ਬਰਡ ਹੈਗਾ, ਅਤੇ ਵੱਡੀ ਗੱਲ ਇਹ ਓਪਲਾਈਨ 'ਚ ਹੈਗਾ, ਓਪਲਾਈਨ 'ਚ ਹੈਗਾ, ਲੇਕਿਨ ਤੁਹਾਨੂੰ ਇਹ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੱਸਾਂਗੇ। 70-70 ਹਜ਼ਾਰ ਰੁਪਏ ਪੀਸ ਸੇਲ ਹੁੰਦਾ ਰਿਹਾ ਇਹ ਚੰਦ ਮਹੀਨੇ ਪਹਿਲੇ। ਇਹ ਤੁਹਾਨੂੰ 12000 ਰੁਪਏ ਚਾਰੋਂ ਪੀਸ ਮਿਲਣਗੇ, 5 ਨੰਬਰ ਬੋਕਸ ਹੈ ਅਤੇ 12000 ਰੁਪਏ 4 ਪੀਸ ਮਿਲਣਗੇ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਅਤੇ ਪੀਸ ਦੀ ਏਜ ਵੀ 7-8 ਮਹੀਨੇ ਹੈਗੀ, ਛੋਟਾ ਪੀਸ ਨਹੀਂ ਹੈਗਾ। ਅਤੇ ਇਹਨਾਂ ਦੀਆਂ ਅੱਖਾਂ ਜਿਹੜੀਆਂ ਹੈਗੀਆਂ ਨਾ, ਬਲੈਕ ਨਹੀਂ, ਬਰਾਊਨ ਹੁੰਦੀਆਂ, ਯਾਨੀ ਕਿ ਡਾਰਕ ਰੈੱਡ ਬਰਾਊਨ 'ਚ ਹੁੰਦੀਆਂ ਅੱਖਾਂ ਇਹਨਾਂ ਦੀਆਂ। ਕਿਆ ਬਾਤ, ਬੜਾ ਖੂਬਸੂਰਤ ਬਰਡ ਹੈਗਾ ਇਹ ਜੀ, ਆਪਣਾ ਹੋਰ ਨਿਖਾਰ ਕੱਢੇਗਾ। ਮਾਸ਼ਾਅੱਲਾ ਜੀ ਮਾਸ਼ਾਅੱਲਾ ਜੀ। ਅਤੇ ਨਾਜ਼ਰ ਮਾਸ਼ਾਅੱਲਾ, ਡੀਲ ਦੇ ਵਿੱਚ ਸਾਡੀ ਚੱਲ ਰਹੀ ਹੈ ਅਤੇ ਅੱਛੀ ਅਤੇ ਤਮਾਮ ਅੱਛੇ ਬਰਡਸ ਵੇਖਣ ਵਾਸਤੇ ਵੀਡੀਓ ਨੂੰ ਲਾਸਟ ਤੱਕ ਤੁਸੀਂ ਦੇਖਣਾ ਜੀ। ਮਾਸ਼ਾਅੱਲਾ ਬੋਕਸ ਨੰਬਰ 6। ਰਾਣ ਸਾਹਿਬ, ਇਹ ਵੀ ਬਹੁਤ ਖੂਬਸੂਰਤ ਬਰਡ ਹੈਗਾ, ਤੁਸੀਂ ਦੇਖਿਆ ਹੋਣਾ, ਡਲਿਊਡ ਹੈਗਾ ਹੀ, ਬੜਾ ਖੂਬਸੂਰਤ ਹੈਗਾ, ਇਹਦੇ ਬੱਚੇ ਵੀ ਬੜੇ ਖੂਬਸੂਰਤ ਆਉਂਦੇ ਨੇ, ਗ੍ਰੀਨ ਡਲਿਊਡ ਅਤੇ ਬਲੂ ਓਪਲਾਈਨ ਡਲਿਊਡ। ਇਹ ਸਿਰਫ 8000 ਰੁਪਏ ਦਾ ਪੇਅਰ ਮਿਲੇਗਾ, 8000 ਰੁਪਏ ਦਾ ਪੇਅਰ ਮਿਲੇਗਾ। ਮਾਸ਼ਾਅੱਲਾ, ਖੂਬਸੂਰਤੀ ਤੁਸੀਂ ਬਰਡ ਦੀ ਤੁਹਾਨੂੰ ਦਿਖਾਉਂਦੇ ਹਾਂ, ਰੇਟ ਚੈੱਕ ਕਰੋ ਅਤੇ ਹੁਣ ਮਾਸ਼ਾਅੱਲਾ ਦੇਖੋ
ਬਸ ਕੈਸਾ ਹੈ ਉੱਤੇ, ਮੈਂ ਬਰਜ਼ੈਨ ਨੂੰ ਜ਼ਰਾ ਕੋਲ ਕਰ ਦੇਣਾ ਹੋਏ, ਉਹ ਡਰ ਕੇ ਪਿੱਛੇ ਕਿ ਹੋਏ ਹੋ? ਹਾਂ ਆਇਆ, ਆਇਓ ਜ਼ਰਾ ਸਾਹਮਣੇ ਆਇਓ। ਇਹ ਜੀ ਵੱਡਾ ਬਰੀਡਰ ਜਿਹੜਾ ਹੈਗਾ ਨਾ, ਖਾਲੀ ਜਿਹੜਾ ਬਿਲੋ ਡਿਲੀਵਰ ਟੋਪ ਲੈਨ ਨੇ ਨਾ, 15-20 ਹਜ਼ਾਰ ਰੁਪਏ ਦਾ ਪੀਸ ਸੇਲ ਕਰਦਾ। ਸਹੀ ਹੋ ਗਿਆ। ਹਾਂਜੀ, ਇਹ ਤੁਹਾਨੂੰ ਮਾਰਕੀਟ 'ਚੋਂ ਤਾਂ ਬਰਡ ਲੱਭੇਗਾ ਨਹੀਂ, ਕਿਉਂਕਿ ਡਿਲੀਵਰਡ ਮਾਰਕੀਟ ਦਾ ਬਰਡ ਹੀ ਨਹੀਂ ਹੈਗਾ, ਇਹ ਵੱਡੇ ਸ਼ੈਡ 'ਚੋਂ ਹੀ ਲੱਭੇਗਾ ਤੁਹਾਨੂੰ। ਵੱਡੇ ਸ਼ੈਡ 'ਚੋਂ ਮਿਲੇਗਾ। ਹਾਂਜੀ, 6 ਨੰਬਰ ਬੋਕਸ ਹੈ, 8 ਹਜ਼ਾਰ ਰੁਪਏ ਦਾ। ਮਾਸ਼ਾਅੱਲਾ ਮਾਸ਼ਾਅੱਲਾ। ਉਮਰ ਭਾਈ, ਬੜੇ ਬੜੇ ਵੱਡੇ ਸ਼ੈਡ ਛਾਨ ਮਾਰਦੇ ਨੇ, ਸਿਰਫ ਤੁਹਾਨੂੰ ਅੱਛੀਆਂ ਚੀਜ਼ਾਂ ਦੇ ਰਹੇ ਨੇ। ਮਾਸ਼ਾਅੱਲਾ ਸਾਈਜ਼ ਚੈੱਕ ਕਰ ਲਓ, ਅਤੇ ਮਿਆਰੀ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਅਸੀਂ ਪ੍ਰੋਵਾਈਡ ਕਰ ਰਹੇ ਹਾਂ, ਅਤੇ ਅਲਹਮਦੁਲਿਲਾ ਐਸੇ ਕਰਕੇ ਸਾਡਾ ਦੁਨੀਆ ਕਹਿੰਦੀ ਲੱਭੜ ਜੋ ਮਰਜ਼ੀ, ਅਲਹਮਦੁਲਿਲਾ ਸਾਡਾ ਲੱਭੜ ਸੇਲ ਹੋ ਰਿਹਾ ਇਨਸ਼ਾਅੱਲਾ, ਅਤੇ ਹੋਏਗਾ ਵੀ ਇਨਸ਼ਾਅੱਲਾ ਇਨਸ਼ਾਅੱਲਾ ਜੀ। ਬੋਕਸ ਨੰਬਰ ਸੱਤ ਹੈਗਾ, 13 ਹਜ਼ਾਰ ਰੁਪਏ ਦਾ, ਬੜੀ ਹੀ ਖੂਬਸੂਰਤ ਪੇਅਰਿੰਗ ਹੈਗੀ ਹੈ, ਅਤੇ ਵੱਡਾ ਪੇਅਰ ਹੈਗਾ, ਤਕਰੀਬਨ 11-12 ਮਹੀਨੇ ਦੀ ਏਜ ਹੈਗੀ ਹੈ। ਅਲਬਾਈਨੋ ਰੈੱਡ ਇਜ਼ ਟੂ ਪਾਰ ਬਲੂ ਪੈਸਟਲੀਨੋ, ਬੜੀ ਖੂਬਸੂਰਤ ਮਾਸਕਿੰਗ ਹੈਗਾ। ਇਹ ਸਭ ਤੋਂ ਜ਼ਿਆਦਾ ਰੇਸ਼ੋ ਜੋ ਕ੍ਰੀਮਨੋ ਡੈਕਿਨੋ ਕੱਢਦਾ, ਇਹ ਕ੍ਰੀਮਨੋ ਡੈਕਿਨੋ ਦੀ ਪੇਅਰਿੰਗ ਯਾਨੀ ਕਿ ਵਰਕਿੰਗ ਲਈ ਇਹ ਪੇਅਰ ਬਣੇ ਆ। ਇਹਦੇ 'ਚੋਂ ਜੀ ਤੁਹਾਡੇ ਆਉਣਗੇ ਕ੍ਰੀਮਨੋ ਡੈਕਿਨੋ ਅਲਬਾਈਨੋ ਰੈੱਡ ਇਜ਼ ਬਲੂ ਪੈਸਟਲ ਵਗੈਰਾ ਬੱਚੇ ਆਉਣਗੇ, ਅਤੇ ਇਹ 13 ਹਜ਼ਾਰ ਰੁਪਇਆ ਤੁਹਾਨੂੰ ਪੇਅਰ ਮਿਲੇਗਾ, ਵੱਡਾ ਜੰਬੋ ਸਾਈਜ਼ 'ਚ ਪੇਅਰ ਹੈਗਾ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਕੀ ਬਾਤ ਹੈ। ਬਾਕਸ ਨੰਬਰ 8 ਹੈ ਜੀ, ਪਾਰ ਬਲੂ ਓਪਲੈਨ ਟੂ ਪਾਰ ਬਲੂ ਯੂਵਿੰਗ ਓਪਲੈਨ ਆ ਗਿਆ, 8 ਨੰਬਰ ਬੋਕਸ ਹੈ, 14 ਹਜ਼ਾਰ ਰੁਪਏ ਦਾ। ਰੇਟ ਹੈ ਰਾਣਾ ਸਾਹਿਬ ਸਿੰਪਲ ਦਾ ਲਾਇਆ, ਸਿੰਪਲ ਓਪਲੈਨ ਇੰਨੇ ਦਾ ਮਿਲਿਆ, ਲੇਕਿਨ ਇਹ ਪੋਸੀਬਲ ਪੇਲ ਫੈਲੋ ਆ ਗਿਆ। ਪੋਸੀਬਲ ਪੇਲ? ਹਾਂਜੀ, ਇਹਦੇ 'ਚੋਂ ਇੱਕ ਵੀ ਬੱਚਾ ਤੁਹਾਡੀ ਲੱਗ ਕੇ, ਲੇਕਿਨ ਇਹ ਕਲਿੱਕ ਕਰਦਾ ਪੋਸੀਬਲ ਜਿਹੜਾ ਹੈਗਾ ਨਾ, 70% ਕਲਿੱਕ ਕਰਦਾ, ਅਤੇ ਇਹਦੇ 'ਚੋਂ ਇੱਕ ਵੀ ਬੱਚਾ ਆ ਗਿਆ ਨਾ, ਅਤੇ ਆਉਣਾ ਇਹਦੇ 'ਚੋਂ ਹੈਗਾ ਓਪਲੈਨ 'ਚ ਹੀ ਆਉਣਾ ਪੇਲ ਫੈਲੋ, ਅਤੇ ਓਪਲੈਨ 'ਚ ਪੇਲ ਫੈਲੋ 1.5 ਲੱਖ ਤੋਂ ਲੈ ਕੇ ਅਤੇ 2.5 ਲੱਖ ਤੱਕ ਬਰਡ ਹੈ, ਕੁਆਲਿਟੀ ਬਰਡ। ਹਾਂਜੀ, 14 ਹਜ਼ਾਰ ਰੁਪਇਆ ਲਾ ਕੇ ਅਤੇ 1.5 ਲੱਖ ਦਾ ਬਰਡ ਵੀ ਆ ਜੇ, ਤਾਂ ਕੋਈ ਹਲਕੀ ਗੱਲ ਨਹੀਂ ਹੈਗੀ, ਯਾਨੀ ਕਿ ਬਿਲਕੁਲ ਰੀਜ਼ਨੇਬਲ ਸੌਦਾ ਹੈਗਾ। ਹਾਂਜੀ, ਅਤੇ ਉਸ ਤੋਂ ਬਾਅਦ ਵੱਡੀ ਗੱਲ ਇਹ ਹੈਗੀ ਹੈ ਕਿ ਦੋਵੇਂ ਓਪਲੈਨ 'ਚ ਬਰਡ, 4 ਬਰਡ ਵੀ ਕੱਢ ਦੇਣਾ ਪਾਰ ਬਲੂ ਓਪਲੈਨ, ਅਤੇ 4 ਤੁਹਾਡੇ ਬਰਡ ਵੀ ਜਿਹੜੇ ਹੈਗੇ ਨਾ, ਕਮ ਅਜ਼ ਕਮ ਵੀ 20-22 ਹਜ਼ਾਰ ਰੁਪਏ ਸੇਲ ਹੋ ਜਾਣੇ, 14 ਹਜ਼ਾਰ ਰੁਪਇਆ ਪੇਅਰ ਹੈਗਾ, ਅਤੇ 7-8 ਮਹੀਨੇ ਦੀ ਏਜ ਹੈ। ਮਾਸ਼ਾਅੱਲਾ ਮਾਸ਼ਾਅੱਲਾ ਜੀ, ਕੀ ਬਾਤ ਹੈ ਜੀ। ਅਤੇ ਨਜ਼ੀਨ ਮਾਸ਼ਾਅੱਲਾ, ਮੈਂ ਅੱਗੇ ਵੀ ਆਪਣੇ ਦੋਸਤਾਂ ਨੂੰ ਕਹਿੰਦਾ ਕਿ ਅਸੀਂ ਨਾ ਕਦੀ ਖਾਬ ਵਿਖਾਏ ਨੇ ਕਿ ਨਾ ਕੁਛ, ਅਸੀਂ ਸਿਰਫ ਇਹੀ ਗੱਲ ਕਹਿੰਦੇ ਹਾਂ ਕਿ ਇਹ ਸ਼ੌਕੀਨਾਂ ਵਾਸਤੇ ਇਸ ਟਾਈਮ ਫਾਇਦਾ ਹੈ। ਜਿੰਨੇ ਮੇਰੇ ਸ਼ੌਕੀਨ ਹਜ਼ਰਾਤ ਨੇ ਜਿਹੜੇ ਸ਼ੌਕ ਕਰਨਾ ਚਾਹੁੰਦੇ ਸੀ ਯਾਰ, ਉਹਨਾਂ ਵਾਸਤੇ ਤੋਹਫੇ ਨੇ ਤੋਹਫੇ, ਅੱਛੀਆਂ ਅੱਛੀਆਂ ਚੀਜ਼ਾਂ ਲੈ ਕੇ ਅਸੀਂ ਹਰ ਦਫ਼ਾ ਆਉਂਦੇ ਹਾਂ। ਹਰ ਹਫ਼ਤੇ ਉਮਰ ਭਾਈ ਦੀ ਵੀਡੀਓ ਦਾ ਮੈਨੂੰ ਲੋਕ ਮੈਸੇਜ ਕਰਦੇ ਨੇ ਕਿ ਲੋਕਾਂ ਨੂੰ ਇੰਤਜ਼ਾਰ ਹੁੰਦਾ ਉਮਰ ਭਾਈ ਤੁਹਾਡੀ ਵੀਡੀਓ ਦਾ। ਹਾਂਜੀ, ਤੁਹਾਡੀ ਵੀਡੀਓ ਦਾ ਇੰਤਜ਼ਾਰ ਕਰਦੇ ਨੇ। ਹਾਂਜੀ, ਅੱਲਾ ਦੀ ਬੜੀ ਰਹਿਮਤ ਹੈ ਰਾਣਾ ਸਾਹਿਬ, ਲੋਕ ਇੰਤਜ਼ਾਰ ਕਰਦੇ ਨੇ ਅਤੇ ਮੁਹੱਬਤ ਵੀ ਕਰਦੇ ਨੇ, ਅਤੇ ਚੀਜ਼ ਵੀ ਉਹਨਾਂ ਨੂੰ ਦੇਈਦੀ ਹੈ, ਉਹ ਚੀਜ਼ ਦੇਈਦੀ ਹੈ ਜਿਹੜੀ ਅਗਰ ਉਹ ਮਾਰਕੀਟ ਵੀ ਸੇਲ ਕਰਨ ਨਾ, ਅਤੇ ਘੱਟ 'ਚ ਉਹ ਸੇਲ ਨਹੀਂ ਹੋਏਗੀ। ਇਹੀ ਚੀਜ਼ 'ਤੇ ਮੈਂ ਕਹਿਣਾ ਚਾਹੁੰਦਾ ਪਿਆ, ਮਕਸਦ ਹੀ ਮੇਰਾ ਗੱਲ ਕਰਨ ਦਾ ਹੈਗਾ ਕਿ ਇਸ ਟਾਈਮ ਬਰਡਸ ਦਾ ਜੋ ਰੇਟ ਹੈਗਾ, ਅਗਰ ਤੁਸੀਂ ਮਾਰਕੀਟ ਵੀ ਲਾਈ ਜਾਂਦੇ ਹੋ ਅਤੇ ਤੁਸੀਂ ਰੇਟ ਡੇਕ ਕੇ ਵੀ ਸੂਟ ਕਰਦੇ, ਤਾਂ ਨੁਕਸਾਨ ਕੋਈ ਨਹੀਂ। ਹਾਂਜੀ, 70-80 ਹਜ਼ਾਰ ਵਾਲਾ ਬਰਡ ਅਸੀਂ ਇਸ ਟਾਈਮ ਦੇ ਰਹੇ ਹਾਂ, 7-8 ਹਜ਼ਾਰ ਰੁਪਏ ਦਾ, ਬਿਲਕੁਲ, ਤਾਂ ਕਿ ਉਹ ਕਸਟਮਰ ਅਗਰ ਬੰਦੇ ਦਾ ਕਿਸੇ ਦਿਲ ਵੀ ਭਰ ਜੇ ਨਾ, ਜਾਂ ਉਹ ਵੇਚਣਾ ਵੀ ਚਾਹੇ, ਤਾਂ ਉਹਨੂੰ ਲੋਸ ਨਾ ਹੋਏ। ਲੋਸ ਨਾ ਹੋਏ, ਬਿਲਕੁਲ। ਹਾਂਜੀ, ਅਤੇ ਉਸ ਤੋਂ ਬਾਅਦ ਜਿਹੜਾ ਬਰਡ ਮੇਰੇ ਕੋਲ ਜਾਏਗਾ ਨਾ, ਇਨਸ਼ਾਅੱਲਾ ਹੈਲਦੀ ਐਕਟਿਵ ਜਾਏਗਾ, ਕੰਪਲੇਨ ਨਹੀਂ ਹੋਏਗੀ ਬਰਡ ਦੀ। ਇਨਸ਼ਾਅੱਲਾ ਅਗਰ ਕੋਈ ਕੰਪਲੇਨ ਵੀ ਕਰੇਗਾ ਤੇ ਮੈਂ ਉਹਨੂੰ ਚੇਂਜ ਵੀ ਕਰਕੇ ਦਿਆਂਗਾ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਬਹੁਤ ਜ਼ਬਰਦਸਤ ਜੀ। ਤੇ ਬਾਕਸ ਨੰਬਰ 9 ਜੀ, ਇਹ ਜੀ ਆਪਣਾ ਆ ਗਿਆ ਬਲੂ ਫਿਸ਼ਰੀ ਤੇ ਗ੍ਰੀਨ ਫਿਸ਼ਰ, 9 ਨੰਬਰ ਬਾਕਸ ਹੈ, 3500 ਰੁਪਏ ਦਾ ਪੇਅਰ ਹੈ, ਤੇ 3 ਹਜ਼ਾਰ ਰੁਪਏ ਮਿਲ ਜਾਏਗਾ। ਜ਼ਬਰਦਸਤ ਜੀ, ਬਲੂ ਫਿਸ਼ਰੀ ਹੈ ਤੇ ਗ੍ਰੀਨ ਫਿਸ਼ਰ, 3 ਹਜ਼ਾਰ ਰੁਪਇਆ ਪੇਅਰ ਮਿਲ ਜਾਏਗਾ। ਇਹਦੀ ਏਜ ਤਕਰੀਬਨ 6-7 ਮਹੀਨੇ ਏਜ ਹੈਗੀ ਹੈ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਬਹੁਤ ਜ਼ਬਰਦਸਤ ਜੀ, 3 ਹਜ਼ਾਰ ਰੁਪਇਆ ਮਿਲ ਜਾਏਗਾ ਪੇਅਰ। ਕੀ ਬਾਤ ਹੈ ਜੀ, ਜ਼ਬਰਦਸਤ ਜੀ। ਬਾਕਸ ਨੰਬਰ ਆ ਗਿਆ ਜੀ ਨਾਜ਼ਰੀਨ 10, ਤੇ ਹਈਏ ਨਹੀਂ ਜੀ ਵੀਡੀਓ, ਬਸ ਇਹ ਵੀਡੀਓ ਨੂੰ ਐਂਡ ਤੱਕ ਦੇਖੋ।
ਇਹ ਜੀ ਬਹੁਤ ਹੀ ਖੂਬਸੂਰਤ ਪੇਅਰਿੰਗ ਆ ਗਈ ਹੈ, 10 ਨੰਬਰ ਬੋਕਸ ਹੈ 14,000 ਰੁਪਏ ਦਾ। ਇਹਦੇ 'ਚ ਆਪਣਾ ਬਰਡ ਹੈ ਜੀ ਕ੍ਰੀਮਨੋ, ਇਹਦੇ 'ਚ ਹੈਗਾ ਡੈਕਿਨੋ ਅਤੇ ਅਲਬਾਨੋ ਰੈੱਡ ਆਈਸ। ਇਹਦੇ 'ਚੋਂ ਜਿਹੜਾ ਬਰਡ ਆਏਗਾ ਕ੍ਰੀਮਨੋ ਆਏਗਾ, ਡੈਕਿਨੋ ਆਏਗਾ, ਅਲਬਾਨੋ ਰੈੱਡ ਆਈਸ ਅਤੇ ਅਲਬਾਨੋ ਸਪਲਿਟ ਆਏਗਾ। 4 ਕਿਸਮ ਦੇ ਬਰਡ ਆਉਣਗੇ, ਉਸ ਤੋਂ ਇਲਾਵਾ ਬਰਡ ਨਹੀਂ ਹੈਗਾ, ਚਾਰੋਂ ਹੀ ਅੱਛੀ ਮੋਟੇਸ਼ਨ ਹੈਗੀ ਹੈ, ਮਾਸ਼ਾਅੱਲਾ ਅੱਛੇ ਬਰਡ ਨੇ, ਸਹੀ ਸੇਲ ਹੋਣ ਵਾਲੇ। 14,000 ਰੁਪਏ ਦਾ ਪੇਅਰ ਹੈ, 10 ਨੰਬਰ ਬੋਕਸ ਹੈ। 10 ਨੰਬਰ ਬੋਕਸ ਅਤੇ ਜਾਂਜੀ ਪਹਿਲੇ ਵੀ ਤੁਹਾਨੂੰ ਦੱਸ ਚੁੱਕਿਆ ਕਿ ਏਜ ਜਿਹੜੀ ਹੈਗੀ ਨਾ, ਇਸ ਟਾਈਮ ਮੇਰੇ ਕੋਲ ਬਰਡ ਫਸਟ ਕਲਾਈ ਦਾ ਟੋਟਲ ਕਮ ਅਜ਼ ਕਮ ਵੀ 5 ਮਹੀਨੇ, ਜ਼ਿਆਦਾ ਜ਼ਿਆਦਾ 7 ਮਹੀਨੇ ਏਜ ਵਾਲਿਆ। ਮਾਸ਼ਾਅੱਲਾ ਜੀ, ਜਿਹੜੇ ਵੱਡੇ ਨੇ ਉਹ ਮੈਂ ਦੱਸ ਰਿਹਾ ਨਾਲ ਨਾਲ ਜਿਹੜੇ ਬਰੀਡਰ ਨੇ। ਬੋਕਸ ਨੰਬਰ 11 ਬੋਕਸ ਨੰਬਰ ਆ ਗਿਆ ਜੀ 11, 7,000 ਰੁਪਏ ਦਾ ਹੈਗਾ ਬੋਕਸ। ਬਹੁਤ ਹੀ ਰੀਜਨੇਬਲ ਪ੍ਰਾਈਜ਼ ਲਾਈਏ। ਇਹਦੇ 'ਚ ਹੈਗਾ ਗ੍ਰੀਨ ਓਪਲਾਈਨ ਸਪਲਿਟ ਬਿਲੂ ਅਤੇ ਪਾਰ ਬਲੂ ਯੋਵਿੰਗ। ਇਹ 'ਚੋਂ ਜਿਹੜੇ ਬੱਚੇ ਆਉਣਗੇ ਤੁਹਾਡੇ ਕੋਲ ਆਉਣਗੇ ਜੀ, ਬਲੂ ਓਪਲਾਈਨ, ਗ੍ਰੀਨ ਓਪਲਾਈਨ ਅਤੇ ਪਾਰ ਬਲੂ ਓਪਲਾਈਨ, ਪਾਰ ਬਲੂ, 4 ਕਿਸਮ ਦੇ ਬੱਚੇ ਆਉਣਗੇ ਅਤੇ ਸਾਰੇ ਹੀ ਕੁਆਲਿਟੀ ਬਰਡ ਆਉਣਗੇ, ਕਿਉਂਕਿ ਨਾਲ ਗ੍ਰੀਨ ਓਪਲਾਈਨ ਬੜੀ ਕੁਆਲਿਟੀ ਵਾਲਾ ਲੱਗਾ ਹੋਇਆ। ਕਿਆ ਬਾਤ ਹੈ ਜੀ! ਅਤੇ ਇਹ 11 ਨੰਬਰ ਬੋਕਸ ਹੈ, 7,000 ਰੁਪਏ ਦਾ ਮਿਲੇਗਾ। ਕੁਆਲਿਟੀ ਤੁਸੀਂ ਦੇਖ ਸਕਦੇ ਹੋ ਪੇਅਰ ਦੀ, ਵੱਡਾ ਪੇਅਰ ਹੈ, ਛੋਟਾ ਪੇਅਰ ਨਹੀਂ ਹੈਗਾ, 10 ਮਹੀਨੇ ਕਮ ਅਜ਼ ਕਮ ਏਜ ਹੈਗੀ ਇਹਦੀ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਕਿਆ ਬਾਤ ਹੈ ਜੀ! ਆਨਾ ਸਿੰਘ, ਬੋਕਸ ਨੰਬਰ 12 ਇਹ ਜੀ ਆਪਣੀ ਹਾਰਟ ਆਈਟਮ ਆ ਗਈ ਹੈ ਜਿਹੜੀ ਇਸ ਟਾਈਮ ਬਹੁਤ ਜ਼ਿਆਦਾ ਚੱਲ ਰਹੀ ਹੈ। 12 ਨੰਬਰ ਬੋਕਸ ਹੈ, 8,500 ਰੁਪਏ ਦਾ ਹੈਗਾ। ਇਹਦੇ 'ਚ ਆਪਣੇ ਕੋਲ ਹੈਗਾ ਜੀ ਅਲਬਾਇਨੋ ਰੈੱਡ ਆਈਜ਼ ਟੂ ਪਾਰ ਬਲੂ ਸਪਲਿਟੀਨੋ। ਇਹ ਵੀ ਕ੍ਰੀਮਨੋ ਡੈਕਿਨੋ ਦੀ ਵਰਕਿੰਗ ਲਈ ਇਸਤੇਮਾਲ ਹੁੰਦਾ ਹੈ, ਅਤੇ ਕ੍ਰੀਮਨੋ ਡੈਕਿਨੋ, ਅਲਬਾਇਨੋ ਰੈੱਡ ਆਈਜ਼, ਅਲਬਾਇਨੋ ਬਲੈਕ ਆਈਜ਼ ਵਗੈਰਾ ਬੱਚੇ ਕੱਢਦੇ ਆ। ਬਹੁਤ ਹੀ ਜ਼ਬਰਦਸਤ ਪੇਅਰਿੰਗ ਹੈਗੀ ਹੈ, ਸਟਾਰਟਿੰਗ ਲਈ ਤਾਂ ਬਹੁਤ ਹੀ ਅੱਛੀ ਪੇਅਰਿੰਗ ਹੈਗੀ ਹੈ। ਮਾਸ਼ਾਅੱਲਾ, 12 ਨੰਬਰ ਬੋਕਸ ਹੈ ਅਤੇ 8,500 ਰੁਪਏ ਦਾ ਮਿਲੇਗਾ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ, ਮਾਸ਼ਾਅੱਲਾ, ਬਹੁਤ ਅੱਛੇ ਜੀ, ਬਹੁਤ ਅੱਛੇ। ਬੋਕਸ ਨੰਬਰ 13 ਮਾਸ਼ਾਅੱਲਾ। ਨਾਜ਼ਰੀਨ, ਅੱਛੀਆਂ ਅਤੇ ਮਿਆਰੀ ਚੀਜ਼ਾਂ ਦੇਖਣ ਵਾਸਤੇ ਅਤੇ ਪਰਚੇਸ ਕਰਨ ਵਾਸਤੇ ਸਾਡੀ ਵੀਡੀਓ ਨੂੰ ਐਂਡ ਤੱਕ ਤੁਸੀਂ ਦੇਖਣਾ ਹੈ। ਇਹ ਜੀ ਰਾਨ ਸਾਹਿਬ, ਇੰਤਹਾਈ ਖੂਬਸੂਰਤ ਪੇਅਰ ਆ ਗਿਆ, ਕ੍ਰੀਮਨੋ ਟੂ ਲਟੀਨੋ ਰੈੱਡ ਆਈਜ਼ ਸਪਲਿਟ B1 B2 ਸਪਲਿਟ ਟੋਪ ਲਾਈਨ। ਬਹੁਤ ਹੀ ਵੱਡੀ ਪੇਅਰਿੰਗ ਹੈਗੀ ਹੈ। ਇਹਦੇ ਤੁਹਾਡੇ ਕੋਲ ਕ੍ਰੀਮਨੋ ਪਲੈਨ ਆਏਗਾ, ਲਟੀਨੋ ਰੈੱਡ ਆਈਜ਼ ਓਪਲਾਈਨ ਆਏਗਾ, ਯਾਨੀ ਕਿ ਰੈੱਡ ਆਈਜ਼ ਬੱਚੇ ਤੋਂ ਇਲਾਵਾ ਬੱਚਾ ਕੋਈ ਨਹੀਂ ਆਏਗਾ ਇਹਦੇ 'ਚੋਂ, ਮਾਸ਼ਾਅੱਲਾ, ਕਿਉਂਕਿ ਦੋਵੇਂ ਰੈੱਡ ਆਈਜ਼ ਬਰਡ ਲੱਗੇ ਹੋਏ ਨੇ ਅਤੇ ਕੁਆਲਿਟੀ ਬਰਡ ਨੇ ਦੋਵੇਂ। ਇਹ ਜੀ 13 ਨੰਬਰ ਬੋਕਸ ਹੈ, 15,000 ਰੁਪਇਆ ਮਿਲੇਗਾ। ਸਮਝੋ ਕਿ ਇੱਕ ਬਰਡ ਦੀ ਪ੍ਰਾਈਜ਼ ਹੈ ਖਾਲੀ ਲਟੀਨੋ ਦੀ। ਕਿਆ ਬਾਤ ਹੈ ਜੀ, ਮਾਸ਼ਾਅੱਲਾ। ਹਾਂਜੀ, 15,000 ਰੁਪਏ ਦਾ ਬੋਕਸ ਮਿਲੇਗਾ। ਅਤੇ ਨਾ ਦਿਨ ਖੂਬਸੂਰਤੀ ਵੇਖਦੇ ਜਾਓ ਬਰਡਸ ਦੀ, ਤੁਹਾਨੂੰ ਅਸੀਂ ਕੈਮਰਾਮੈਨ ਨੂੰ ਕਹਿੰਦੇ ਹਾਂ ਕਿ ਜ਼ਰਾ ਪਿਆਰ ਦੇ ਨਾਲ ਜ਼ਰਾ ਹਰ ਚੀਜ਼ ਦਿਖਾਵੇ, ਅਤੇ ਮਾਸ਼ਾਅੱਲਾ ਜ਼ਰੂਰ ਖੂਬਸੂਰਤੀ ਚੈੱਕ ਕਰੋ, ਜ਼ਬਰਦਸਤ ਚੀਜ਼, ਅਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਅਸੀਂ ਚੀਜ਼ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਿਲਕੁਲ। ਬੋਕਸ ਨੰਬਰ 14 ਮਾਸ਼ਾਅੱਲਾ, ਬੋਕਸ ਨੰਬਰ 14 ਆ ਗਿਆ ਜੀ 12,000 ਰੁਪਏ ਦਾ, 14 ਨੰਬਰ ਬੋਕਸ ਹੈ। ਇਹਦੇ 'ਚ ਹੈਗਾ ਜੀ ਆਪਣਾ ਪਾਰ ਬਲੂ ਡਲਿਊਡ ਅਤੇ ਗ੍ਰੀਨ ਡਲਿਊਡ, ਬੜਾ ਹੀ ਮਾਸ਼ਾਅੱਲਾ ਖੂਬਸੂਰਤ ਪੇਅਰ ਹੈ। ਇਹ 'ਚੋਂ ਤੁਹਾਡਾ ਆਏਗਾ ਗ੍ਰੀਨ ਡਲਿਊਡ, ਬਲੂ ਡਲਿਊਡ ਅਤੇ ਪਾਰ ਬਲੂ ਡਲਿਊਡ, 3 ਕਿਸਮ ਦੇ ਬੱਚੇ ਆਉਣਗੇ ਅਤੇ ਕੁਆਲਿਟੀ ਬਰਡ ਹੈਗਾ ਮਾਸ਼ਾਅੱਲਾ। 14 ਨੰਬਰ ਬੋਕਸ ਹੈ ਅਤੇ 12,000 ਰੁਪਇਆ ਮਿਲੇਗਾ। ਬਾਉਂਡ ਪੇਅਰ ਹੈਗਾ, ਤਕਰੀਬਨ 7 ਤੋਂ 8 ਮਹੀਨੇ ਏਜ ਹੈਗੀ ਹੈ। ਮਾਸ਼ਾਅੱਲਾ ਜੀ, ਜ਼ਬਰਦਸਤ ਹੋ ਗਿਆ ਜੀ, ਜ਼ਬਰਦਸਤ ਹੋ ਗਿਆ ਮਾਸ਼ਾਅੱਲਾ ਜੀ। ਬੋਕਸ ਨੰਬਰ ਆ ਰਿਹਾ 15, ਵੀਡੀਓ ਨੂੰ ਐਂਡ ਤੱਕ ਦੇਖਣਾ, ਫਿਰ ਨਾ ਕਹਿਣਾ ਕਿ ਚੀਜ਼ਾਂ ਮਿਸ ਹੋ ਗਈਆਂ। ਇਹ ਜੀ ਵੱਡੇ ਬਰਡ ਨੇ, ਫੁੱਲ ਸਾਈਜ਼, ਯਾਨੀ ਕਿ ਬਾਉਂਡ ਪੇਅਰ ਹੈਗਾ, ਰੈਡੀ ਟੂ ਬਰੀਡ ਪੇਅਰ ਹੈਗਾ। 15,000 ਨੰਬਰ ਬੋਕਸ ਹੈ, 10,000 ਰੁਪਇਆ ਮਿਲੇਗਾ ਮਾਸ਼ਾਅੱਲਾ। ਇਹਦੇ 'ਚ ਹੈਗਾ ਜੀ ਆਪਣਾ ਪਾਰ ਬਲੂ ਯੂਵਿੰਗ ਓਪਲਾਈਨ ਤੋਂ ਪਾਰ ਬਲੂ, ਯਾਨੀ ਕਿ ਇਹਦੇ 'ਚੋਂ ਬੱਚੇ ਆਉਣਗੇ ਤੁਹਾਡੇ ਪਾਰ ਬਲੂ ਓਪਲਾਈਨ ਅਤੇ ਪਾਰ ਬਲੂ, ਉਸ ਤੋਂ ਬਾਅਦ ਜਿਹੜੀ ਬਲੂ ਫਿਸ਼ਰੀ ਆਏਗੀ ਉਹ ਤੁਹਾਡੀ ਪੋਸੀਬਲ ਬਲੂ 2 ਆਏਗੀ। ਮਾਸ਼ਾਅੱਲਾ ਜੀ, ਮਾਸ਼ਾਅੱਲਾ।
ਇਹੀ ਕਹਿ ਰਿਹਾ ਸੀ ਕਿ ਸਾਡੇ ਵੀਵਰ ਨੂੰ ਸਬਕ ਕਿਉਂ ਨਹੀਂ ਮਿਲਦਾ ਪਿਆ, ਹੁਣ ਤੁਸੀਂ ਨਾਲ ਉਹਨਾਂ ਦੇ ਰਹੇ ਹੋ। ਮਾਸ਼ਾਅੱਲਾ ਜੀ ਮਾਸ਼ਾਅੱਲਾ। 15 ਨੰਬਰ ਬਾਕਸ 10,000 ਰੁਪਇਆ ਮਿਲੇਗਾ। 10,000 ਰੁਪਏ ਦਾ ਮਿਲੇ ਜੀ, ਕਿਆ ਬਾਤ ਹੈ ਜੀ, ਜ਼ਬਰਦਸਤ ਹੋ ਗਿਆ ਜੀ। ਅਤੇ ਬਾਕਸ ਨੰਬਰ ਆ ਰਿਹਾ ਨਾਜ਼ਰੀਨ 16। 16 ਨੰਬਰ ਬਾਕਸ ਆ ਗਿਆ, ਕੁਆਲਿਟੀ ਬਰਡ ਹੈ, ਗ੍ਰੀਨ ਓਪਲਾਈਨ ਟੂ ਬਲੂ ਓਪਲਾਈਨ, ਬਹੁਤ ਹੀ ਮਾਸ਼ਾਅੱਲਾ ਖੂਬਸੂਰਤ ਬਰਡ ਹੈ, ਵੱਡਾ ਪੇਅਰ ਹੈਗਾ, ਰੈਡ ਟੂ ਬਰੀਡ ਹੈ। 16 ਨੰਬਰ ਬਾਕਸ ਹੈ, 7,000 ਰੁਪਏ ਦਾ ਮਿਲੇਗਾ। 7,000 ਰੁਪਏ ਦਾ ਮਿਲੇਗਾ ਜੀ ਮਾਸ਼ਾਅੱਲਾ। ਅਤੇ ਇਹਦੇ ਜੋ ਬੱਚੇ ਗ੍ਰੀਨ ਓਪਲਾਈਨ ਅਤੇ ਬਲੂ ਓਪਲਾਈਨ ਕੁਆਲਿਟੀ ਬਰਡ ਆਣਗੇ, ਕਿਉਂਕਿ ਇਹ ਖੁਦ ਬੜੇ ਖੂਬਸੂਰਤ ਬਰਡ ਨੇ। ਜ਼ਬਰਦਸਤ ਹੋ ਗਿਆ ਮਾਸ਼ਾਅੱਲਾ ਜੀ। ਬਾਕਸ ਨੰਬਰ 17। 17 ਨੰਬਰ ਬਾਕਸ ਆ ਗਿਆ, ਬਿਲੂ ਫਿਸ਼ਰੀ ਪੋਸੀਬਲ ਪੇਲ ਫੈਲੋ। ਇਹ ਜੀ ਰਾਣ ਸਾਹਿਬ ਉਹ ਬਰਡ ਹੈਗਾ ਜਿਹੜਾ ਤਕਰੀਬਨ 70-80% ਕਲਿੱਕ ਕਰਦਾ ਹੀ ਕਰਦਾ। ਬਿਲੂ ਫਿਸ਼ਰੀ 'ਚ ਮਾਸ਼ਾਅੱਲਾ ਮੈਂ ਵੀ ਪੇਅਰ ਲਾਏ ਨੇ, 4 ਪੇਅਰਾਂ 3 ਨੇ ਕਲਿੱਕ ਕੀਤਾ ਅਤੇ ਇਹ ਕਰਦਾ ਹੀ ਕਰਦਾ। 5,000 ਰੁਪਇਆ ਪੇਅਰ ਹੈ ਸਿੰਪਲ ਦੇ ਰੇਟ 'ਤੇ। 17 ਨੰਬਰ ਬਾਕਸ ਹੈ, 5,000 ਰੁਪਇਆ ਮਿਲੇਗਾ। ਇਹ ਸਮਝੋ ਕਿ ਤੁਸੀਂ ਸਿੰਪਲ ਵੀ ਲੈਣਾ 3,500-4,000 ਰੁਪਏ ਦਾ, ਇਹ 5,000 ਰੁਪਏ 1,000 ਰੁਪਏ ਜ਼ਿਆਦਾ ਅਤੇ ਇਹਦਾ ਚਾਂਸ ਲਵੋ। ਇਹ 'ਚੋਂ ਅਗਰ ਪੇਲ ਫੈਲੋ ਆ ਗਿਆ ਤਾਂ 30-40,000 ਰੁਪਏ ਦਾ ਇੱਕ ਬਰਡ ਹੈਗਾ। ਕਿਆ ਬਾਤ ਹੈ, ਹਾਂਜੀ ਮਾਸ਼ਾਅੱਲਾ ਮਾਸ਼ਾਅੱਲਾ ਜੀ। ਇਹ ਹੁੰਦੇ ਜੀ ਮੁਕੰਮਲ ਤਫਸੀਲ ਦੇ ਨਾਲ ਵੀਡੀਓ ਮਾਸ਼ਾਅੱਲਾ। ਬਾਕਸ ਨੰਬਰ 18, ਨਾਜ਼ਰੀਨ ਸਟਾਈਲ ਆਪਣਾ ਆਪਣਾ ਜੀ ਮਾਸ਼ਾਅੱਲਾ ਸਾਰਿਆਂ ਦਾ। ਇਹ ਜੀ 18 ਨੰਬਰ ਬਾਕਸ ਆ ਗਿਆ, 14,000 ਰੁਪਏ ਦਾ। ਇਹਦੇ ਸਾਡੇ ਕੋਲ ਹੈਗਾ ਬਲੂ ਡਲਿਊਟ ਓਪਲਾਈਨ ਅਤੇ ਪਾਰ ਬਲੂ। ਇਹਦੇ ਜਿਹੜੇ ਬੱਚੇ ਆਣਗੇ ਪਾਰ ਬਲੂ ਡਲਿਊਟ ਓਪਲਾਈਨ 'ਚ ਆਏਗਾ, ਉਸ ਤੋਂ ਬਾਅਦ ਬਲੂ ਡਲਿਊਟ ਓਪਲਾਈਨ 'ਚ, ਪਾਰ ਬਲੂ ਡਲਿਊਟ ਅਤੇ ਬਲੂ ਡਲਿਊਟ, 4 ਕਿਸਮ ਦੇ ਬੱਚੇ ਆਣਗੇ ਅਤੇ ਮਾਸ਼ਾਅੱਲਾ ਪੇਅਰ ਦੀ ਤੁਹਾਡੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ। ਮਾਸ਼ਾਅੱਲਾ ਜੀ, ਬੱਚੇ ਵੀ ਬੜੇ ਖੂਬਸੂਰਤ ਆਣਗੇ ਇਹਦੇ 'ਚੋਂ। ਕਿਆ ਬਾਤ ਹੈ, 18 ਨੰਬਰ ਬਾਕਸ ਹੈ, 14,000 ਰੁਪਏ ਦਾ ਮਿਲੇਗਾ। 14,000 ਰੁਪਏ ਦਾ ਮਿਲੇਗਾ ਮਾਸ਼ਾਅੱਲਾ ਜੀ। ਬਾਕਸ ਨੰਬਰ 19 ਮਾਸ਼ਾਅੱਲਾ। ਛੀਆਂ 'ਤੇ ਮਿਆਰੀ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਲਾਈਕ ਕਰ ਲਓ, ਸਬਸਕ੍ਰਾਈਬ ਕਰ ਲਓ ਅਤੇ ਚੱਲਣੇ ਦੀ ਵੀਡੀਓ ਦੀ ਤਰਫ ਮਾਸ਼ਾਅੱਲਾ। ਰਾਣ ਸਾਹਿਬ ਕੁਆਲਿਟੀ ਬਰਡ ਹੈ, ਤੁਸੀਂ ਦੇਖ ਸਕਦੇ ਹੋ ਕਿੰਨਾ ਖੂਬਸੂਰਤ ਪੇਅਰ ਹੈਗਾ ਮਾਸ਼ਾਅੱਲਾ। 19 ਨੰਬਰ ਬਾਕਸ ਹੈ, 8,000 ਰੁਪਇਆ ਮਿਲੇਗਾ ਅਤੇ ਇਹ ਵੱਡਾ ਪੇਅਰ ਹੈਗਾ, ਛੋਟਾ ਪੇਅਰ ਨਹੀਂ ਹੈਗਾ। ਗ੍ਰੀਨ ਓਪਲਾਈਨ ਟੂ ਪਾਰ ਬਲੂ ਯੂਵਿੰਗ ਓਪਲਾਈਨ, ਵੱਡਾ ਪੇਅਰ ਹੈ ਅਤੇ ਕੁਆਲਿਟੀ ਬਰਡ ਨੇ। ਇਹ 'ਚੋਂ ਜਿਹੜੇ ਬਰਡ ਆਣਗੇ ਤੁਹਾਡੇ ਕੋਲ ਪਾਰ ਬਲੂ ਓਪਲਾਈਨ, ਪਾਰ ਬਲੂ ਯੂਵਿੰਗ ਓਪਲਾਈਨ, ਗ੍ਰੀਨ ਓਪਲਾਈਨ, ਗ੍ਰੀਨ ਯੂਵਿੰਗ ਓਪਲਾਈਨ, ਬਲੂ ਓਪਲਾਈਨ ਅਤੇ ਬਲੂ ਯੂਵਿੰਗ ਓਪਲਾਈਨ, 6 ਬਰਡ ਆਣਗੇ ਅਤੇ ਕੁਆਲਿਟੀ ਬਰਡ ਆਣਗੇ। ਓਪਲਾਈਨ ਤੋਂ ਇਲਾਵਾ ਬਰਡ ਨਹੀਂ ਆਏਗਾ, ਜ਼ਬਰਦਸਤ ਸੁਰਤੀ ਦਾ ਬਾਦਸ਼ਾਹ ਬਰਡ ਹੈਗਾ। ਕਿਆ ਬਾਤ, ਹਾਂਜੀ। ਅਤੇ ਬਾਕਸ ਨੰਬਰ ਆ ਗਿਆ ਜੀ 20। ਇਹਦੇ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਕਿ ਮੈਂ ਕਿਹੜੀ ਫਿਲਮ 'ਚ ਹੀਰੋ ਆਇਆ ਸੀਗਾ, ਫਿਰ ਮੈਂ ਦੱਸਾਂਗਾ। ਇਹ ਜੀ ਰਾਣ ਸਾਹਿਬ ਆ ਗਿਆ, ਡਲਿਊਟ ਦਾ ਪੇਅਰ ਹੈ, ਬਲੂ ਓਪਲਾਈਨ ਡਲਿਊਟ ਟੂ ਬਲੂ ਯੂਵਿੰਗ ਓਪਲਾਈਨ ਡਲਿਊਟ, ਦੋਵੇਂ ਬਰਡ ਓਪਲਾਈਨ 'ਚ ਹੈਗੇ ਨੇ। ਇਹਦੇ 'ਚੋਂ ਤੁਹਾਡਾ ਆਉਣਾ ਹੀ ਬਲੂ ਡਲਿਊਟ ਓਪਲਾਈਨ ਹੈਗਾ ਮਾਸ਼ਾਅੱਲਾ। 20 ਨੰਬਰ ਬਾਕਸ ਹੈ ਅਤੇ 15,000 ਰੁਪਇਆ ਮਿਲੇਗਾ। ਮਾਸ਼ਾਅੱਲਾ ਜੀ, ਕਿਆ ਬਾਤ ਹੈ, ਚੈੱਕ ਕਰੋ ਜੀ, ਕੁਆਲਿਟੀ ਬਰਡ ਹੈਗੇ ਨੇ ਅਤੇ ਬਰਡ ਜਿਹੜਾ ਹੈਗਾ 7-8 ਮਹੀਨੇ ਉਹ ਥੱਲੇ ਬਰਡ ਨਹੀਂ ਹੈਗਾ ਮਾਸ਼ਾਅੱਲਾ। ਕਿਆ ਬਾਤ ਹੈ, ਜ਼ਬਰਦਸਤ ਹੋ ਗਿਆ ਜੀ ਮਾਸ਼ਾਅੱਲਾ ਮਾਸ਼ਾਅੱਲਾ ਜੀ, ਕਿਆ ਬਾਤ ਹੈ। ਅਮਰ ਭਾਈ, ਅਸੀਂ ਵੀਡੀਓ ਦੇ ਅੰਦਰ ਕੁਛ ਕਿਹਾ ਸੀ, ਹਾਂਜੀ ਨੰਬਰ ਮੇਰਾ 0321-4257-940, ਕਾਰਗੋ ਆਲ ਪਾਕਿਸਤਾਨ ਹੈ, ਸਦਰ ਕੈਂਟ ਲਾਹੌਰ ਮੇਰੀ ਲੋਕੇਸ਼ਨ ਹੈ। ਕੋਈ ਭਾਈ ਆ ਕੇ ਘਰ ਦੇਖ ਕੇ ਬੜ ਲੈ ਕੇ ਜਾਣਾ ਚਾਹੁੰਦਾ ਤਾਂ ਮੈਨੂੰ ਕਾਲ ਕਰਕੇ ਜੋ ਮਰਜ਼ੀ ਆ ਜਾਏ। ਮੋਟੇਸ਼ਨ ਮੇਰੇ ਕੋਲ ਕਾਫੀ ਪਈ, ਉਹ
ਉਸ ਤੋਂ ਇਲਾਵਾ ਵੀ ਆਪ ਦੇਖ ਸਕਦੇ ਹੋ ਪਿੱਛੇ ਲੱਗੀ ਹੋਈ ਹੈ। ਮਾਸ਼ਾਅੱਲਾ ਮਾਸ਼ਾਅੱਲਾ ਬ੍ਰੀਡਰ ਪੇਅਰ ਵੀ ਮਿਲ ਜਾਣਗੇ ਤੇ ਕਿਸੇ ਨੇ ਆਪਣੀ ਪੇਅਰਿੰਗ ਪੂਰੀ ਕਰਨੀ ਹੋਏ ਤੇ ਮੇਲ ਫੀਮੇਲ ਜੋ ਵੀ ਚਾਹੀਦਾ ਹੈਗਾ ਮਿਲ ਜਾਏਗਾ। ਮਾਸ਼ਾਅੱਲਾ ਜੀ ਮਾਸ਼ਾਅੱਲਾ ਜੀ ਕਿਆ ਬਾਤ ਹੈ ਜੀ ਕਿਆ ਬਾਤ ਹੈ। ਤੇ ਨਜ਼ਰ ਤੁਹਾਨੂੰ ਹਸਾਉਂਦੇ ਰਹਿੰਦੇ ਆ ਖਿਡਾਉਂਦੇ ਰਹਿੰਦੇ ਆ ਇਸ ਕਰਕੇ ਕਿ ਮੇਰੇ ਓਵਰਸੀਜ਼ ਪਾਕਿਸਤਾਨੀ ਬਾਹਰੋਂ ਮੈਨੂੰ ਬਹੁਤ ਪਿਆਰ ਕਰਦੇ ਨੇ ਤੇ ਜਿਹੜੇ ਮੇਰੇ ਇੱਥੇ ਪਾਕਿਸਤਾਨ 'ਚ ਭਰਾ ਨੇ ਉਹ ਤਾਂ ਵੈਸੇ ਹੀ ਪਿਆਰ ਕਰਦੇ ਨੇ। ਤੇ ਸਾਡੇ ਚੈਨਲ ਨੂੰ ਜ਼ਿਆਦਾ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ ਤੇ ਪਾਕਿਸਤਾਨ ਜ਼ਿੰਦਾਬਾਦ।